सो दोस्तों, अज पिंड जरग की धरती दे उत्ते जेकर आपां गल करिए पंजाब दी, पंजाब दे विच दो मेलियां दी गल करिए जिहड़े विश्व दे विच मशहूर ने, किताबां दे विच जिन्हां दा उल्लेख मिलदा, छपार दा मेला ते पिंड जरग दा मेला। दो मेले विश्व दे विच मशहूर ने जिन्हां दी लोकां दे विच अथाह शरदा। सो जेकर हुण गल करिए छपार दी जां छपार दे मेले दी, उत्थों दे मुख संचालक, मुख सेवादार बाबा हैप्पी जी अज पिंड जरग विखे पहुँचे ने, माई दे मंदिर ते नतमस्तक भी होए ने। गलबात करदे आं बाबा जी, सब तो पहलां तां असीं तुहाडा जरग पिंड विच पहुँचण ते जरग दी धरती ते पहुँचण ते हार्दिक असीं स्वागत करदे आं। अज जरग विखे तुसीं पहुँचो, किस तरह दा लग्गिया तुहानूं? बहुत बहुत धन्यवाद जी थोड़ा इन्ना माण बख्शन लई। जिहड़ी गल वधिया दी है, वधिया तां इह आ जी वी जिहड़ा स्थान आ साढ़े जिहड़ा छपार ते जिहड़ी तुसीं जरग दी गल करी है मेलियां दी, इह दोनों मेले अटैच ने। इन्हां दीआं जिद्दां इत्थे बाबा फरीद जी दी वी जगह बनी हुई आ, माता शीतला जी दी, माता मदानन जी दी, माता मसाणी जी दी, उत्थे गुग्गा यारवीर ते बाबा सिद्ध सुलखण जी दी जगह बनी हुई है। ਕਿਤੇ ਨਾ ਕਿਤੇ ਇਹ ਜਗ੍ਹਾ ਦਾ ਅਤੇ ਉਹ ਜਗ੍ਹਾ ਦਾ ਕੁੰਡੀਆਂ ਤਾਲਮੇਲ ਹੈ, ਕਿਉਂਕਿ ਜਦੋਂ ਜਰਗ ਦਾ ਮੇਲਾ ਆਉਂਦਾ ਤਾਂ ਉੱਧਰ ਦੇ ਲੋਕਾਂ ਨੂੰ ਬੜਾ ਚਾਅ ਸ਼ੌਕ ਵੀ ਮੇਲਾ ਜਰਗ ਦਾ ਨਾ, ਜਦੋਂ ਮੇਲਾ ਛਪਾਰ ਦਾ ਆਉਂਦਾ ਤਾਂ ਇੱਧਰਲੀ ਦੁਨੀਆਂ ਨੂੰ ਬੜਾ ਚਾਅ ਆਉਂਦਾ ਵੀ ਛਪਾਰ ਦਾ ਮੇਲਾ ਆ ਗਿਆ। ਮੈਨੂੰ ਤਾਂ ਖੁਸ਼ੀ ਤਾਂ ਚਲੋ ਜਿਹੜੀ ਹੈਗੀ ਹੈਗੀ ਆ, ਪਰ ਮੈਨੂੰ ਇੱਥੇ ਆ ਕੇ ਇੱਦਾਂ ਲੱਗਿਆ ਹੀ ਨਹੀਂ ਵੀ ਮੈਂ ਪਹਿਲੀ ਵਾਰੀ ਆਇਆ। ਮੈਨੂੰ ਲੱਗਦਾ ਸਾਰੇ ਮੇਰੇ ਆਪਣੀ ਜਿੰਨੀ ਸੰਗਤ ਫਿਰਦੀ ਹੈ ਅਤੇ ਸੇਵਾ ਕਰਦੀ ਹੈ ਨਾ, ਅਤੇ ਜਿਹੜੀ ਗੱਲ ਮੰਦਰ ਦੀ ਸ਼ਰਧਾ ਦੀ, ਉਹ ਨੂਰ ਬਹੁਤ ਆ ਇੱਥੇ ਸਥਾਨ ਦੇ ਵਿੱਚ ਨਾ। ਦੇਖੋ ਜੇ ਮੇਲੇ ਤਾਂ ਲੱਗਦੇ ਆ ਉਹਨਾਂ ਦੇ ਲੱਗਦੇ ਆ ਜਿਨ੍ਹਾਂ ਦੇ ਕੋਲ ਕੁਛ ਹੁੰਦਾ ਹੈ ਨਾ। ਇੱਕ ਬੰਦੇ ਨੂੰ ਆਪਦਾ ਪਰਿਵਾਰ ਮਗਰ ਲਾਉਣਾ ਔਖਾ ਹੋ ਜਾਂਦਾ, ਪਰਿਵਾਰ 'ਚ ਚਾਰ ਮੈਂਬਰ ਹੁੰਦੇ ਆ ਉਹਦੇ ਮਗਰ ਨਹੀਂ ਲੱਗਦੇ। ਜੇ ਸਥਾਨ ਦੇ ਮਗਰ ਲੱਖਾਂ ਲੋਕ, ਲੱਖਾਂ ਫੋਲੋਵਰ ਲੱਗੇ ਹੋਏ ਨੇ ਤਾਂ ਮਹਾਮਾਈ ਇੱਥੇ ਮਨੋਕਾਮਨਾ ਪੂਰੀਆਂ ਕਰਦੀ ਹੈ, ਤਾਂ ਹੀ ਲੋਕ ਆਉਂਦੇ ਆ। ਬਾਬਾ ਫਰੀਦ ਜੀ ਮਨੋਕਾਮਨਾ ਪੂਰੀਆਂ ਕਰਦੇ ਆ ਨਾ। ਦੇਖੋ ਇੱਕ ਪਰਿਵਾਰ ਦੇ ਵਿੱਚ ਤਾਂ ਇਕੱਠੇ ਨਹੀਂ ਚਾਰ ਬੰਦੇ ਬਹਿੰਦੇ ਹੋਣ, ਇੱਦਾਂ ਦਾ ਸਿਸਟਮ ਹੋਇਆ। ਲੇਕਿਨ ਜੇ ਕੋਈ ਕਿਸੇ ਦੇ ਪਿੱਛੇ ਲੱਗਦਾ ਜਾਂ ਕਿਤੇ ਇਕੱਠ ਹੁੰਦਾ ਤਾਂ ਇਹ ਤੁਹਾਨੂੰ ਮੰਨਣਾ ਹੀ ਪੈਣਾ ਵੀ ਉੱਥੇ ਕੋਈ ਨਾ ਕੋਈ ਪਾਵਰ ਜਾਂ ਸ਼ਕਤੀ ਹੈ। ਤੁਹਾਡੇ ਆਲੇ ਦੁਆਲੇ ਦੇ ਵੀ ਪਿੰਡ ਨੇ, ਉੱਥੇ ਨਹੀਂ ਮੇਲੇ ਲੱਗਦੇ, ਉੱਥੇ ਨਹੀਂ ਇਕੱਠ ਹੁੰਦਾ, ਇਹਦਾ ਮਤਲਬ ਤੁਹਾਡਾ ਪਿੰਡ ਭਾਗਾਂ ਵਾਲਾ ਹੈ ਨਾ, ਜਿਹੜਾ ਇੱਥੇ ਮੇਲਾ ਲੱਗਦਾ। ਮੈਨੂੰ ਬੜੀ ਖੁਸ਼ੀ ਹੋਈ ਆ ਕਿੱਥੇ ਪਰ। ਬਾਬੀ ਗੱਲ ਕਰੀਏ ਜਰਗ ਦੇ ਮੇਲਿਆਂ ਦੀ, ਜਿਸ ਤਰ੍ਹਾਂ ਤੁਸੀਂ ਗੱਲ ਵੀ ਕੀਤੀ ਅੱਜ ਪਹੁੰਚੇ ਹੋ, ਕੀ ਕਦੇ ਸਬੱਬ ਬਣਿਆ ਕਿ ਤੁਸੀਂ ਜਰਗ ਦੇ ਮੇਲਾ ਕਦੇ ਦੇਖਿਆ? ਜੀ ਮੈਨੂੰ ਜੀ ਭਰਾ ਮੇਰਾ ਛੋਟਾ ਬਿੱਲੀ ਮੈਨੂੰ 10 ਸਾਲ ਤੋਂ ਕਾਰਡ ਦੇ ਰਿਹਾ ਹਰੇਕ ਸਾਲ ਮੇਲੇ ਦਾ। ਉਹ ਤੁਸੀਂ ਇਹ ਲਾ ਲਓ ਵੀ ਮੇਰੇ ਕਰਮਾਂ 'ਚ, ਜਿੱਦਾਂ ਆਪਾਂ ਕਹਿੰਦੇ ਵੀ ਕਰਮਾਂ 'ਚ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਭਾਗਾਂ 'ਚ ਚੀਜ਼, ਜਦੋਂ ਵੀ ਜਰਗ ਦਾ ਮੇਲਾ ਹੁੰਦਾ ਉਸ ਟਾਈਮ ਮੈਂ ਬਾਹਰ ਹੁੰਦਾ ਜੀ, ਇੱਥੇ ਹੁੰਦਾ ਨਹੀਂ ਹੈ ਨਾ, ਇੰਡੀਆ ਨਹੀਂ ਹੁੰਦਾ। ਅਤੇ ਬਸ ਅੱਜ ਵੀ ਇੱਥੇ ਖੂਨਦਾਨ ਕੈਂਪ ਸੀਗਾ, ਉਹ ਜਰਗ ਪਿੰਡ ਦੇ ਲੋਕਾਂ ਦੀ ਮੰਗ ਲਾ ਲਓ ਜਾਂ ਪਿਆਰ ਲਾ ਲਓ ਵੀ ਮੈਂ ਇੱਥੇ ਆਉਣਾ ਸੀ ਹੈ ਨਾ, ਅਤੇ ਮੈਂ ਖੂਨਦਾਨ ਕੈਂਪ 'ਤੇ ਆਇਆ ਅਤੇ ਬਿੱਲੀ ਵੀਰ ਹੋਣੀ ਮੈਨੂੰ ਇੱਥੇ ਸਥਾਨ 'ਤੇ ਲੈ ਕੇ ਤਾਂ ਚਲੋ ਹੁਣ ਅੱਜ ਮੈਨੂੰ ਪਹਿਲੀ ਵਾਰੀ ਆਏ ਨੇ, ਪਰ ਮੈਨੂੰ ਲੱਗਦਾ ਮੈਂ ਪੱਕਾ ਹੀ ਜੁੜ ਗਿਆ ਸਥਾਨ ਨਾਲ, ਹੁਣ ਮੈਨੂੰ ਆਉਣਾ ਪਿਆ ਕਰੂ। ਬਾਬੀ ਗੱਲ ਕਰੀਏ ਪਿਛਲੇ ਮਤਲਬ ਦਾ 2-3 ਸਾਲ ਹੋ ਗਏ ਆਪਣੇ ਬਿੱਲੀ ਉਹਨਾਂ ਵੱਲੋਂ ਇੱਥੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀ, ਸਮਾਗਮ ਕਰਵਾਇਆ ਸੀ, ਜਿਹਦੇ ਵਿੱਚ ਸਾਡੇ ਪੰਜਾਬ ਦੇ ਹੀ ਨਹੀਂ ਵਿਸ਼ਵ ਦੇ ਮਸ਼ਹੂਰ ਜਿਹੜੇ ਸਾਡੇ ਨੂਰਾ ਸਿਸਟਰ ਜੀ ਨੇ, ਉਹਨਾਂ ਨੇ ਇੱਥੇ ਪਰਫੋਰਮ ਕੀਤਾ। ਇੱਥੇ ਉਹਨਾਂ ਨੇ ਵੀ ਜਦੋਂ ਗੱਲਬਾਤ ਕੀਤੀ ਉਹਨਾਂ ਨੂੰ ਵੀ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਿਆ, ਜਦੋਂ ਵੀ ਕਦੇ ਫਿਰ ਤੁਸੀਂ ਸਾਨੂੰ ਬੁਲਾਵੋਗੇ ਅਸੀਂ ਪਹੁੰਚਾਂਗੇ। ਜੇਕਰ ਗੱਲ ਕਰੀਏ ਕਿਸੇ ਵੀ ਟਾਈਮ 'ਤੇ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਨਾ ਜੀ, ਕਿਸ ਤਰ੍ਹਾਂ ਤੁਸੀਂ ਫਿਰ ਆਵੋਗੇ ਇੱਥੇ ਹਾਜ਼ਰੀ ਲਵਾਵੋਗੇ? ਜੀ ਬਿਲਕੁਲ ਲਵਾਵਾਂਗੇ ਜੀ, ਅਤੇ ਜਿੰਨਾ ਸਾਥ ਦੀ ਲੋੜ ਹੋਈ ਸਾਡੇ ਦੀ ਕਿਸੇ ਵੀ ਚੀਜ਼ ਦਾ ਸੰਯੋਗ ਹੈ ਨਾ, ਤੁਹਾਨੂੰ ਮਨੋ ਤੁਹਾਨੂੰ ਕੁਛ ਵੀ ਸਾਡੀ ਸੇਵਾ ਲਾਈ ਜਾਊ ਮੰਦਰ ਬੰਨੀ ਉਹ ਪੂਰੀ ਨਿਭਾਈ ਜਾਊਗੀ। ਨੂਰਾਂ ਹੋਣੀਆਂ ਵੀ ਮੇਰੀਆਂ ਭੈਣਾਂ ਵਾਂਗੂ ਨੇ, ਮੇਰਾ ਵਧੀਆ ਪ੍ਰੇਮ ਉਹਨਾਂ ਨਾਲ, ਪਰਿਵਾਰ ਨਾਲ ਪੂਰੇ ਨਾਲ, ਵਧੀਆ ਗਾਉਂਦੀਆਂ ਕੁੜੀਆਂ। ਜਦੋਂ ਵੀ ਦੁਬਾਰਾ ਕੋਈ ਇਹੋ ਜਿਹਾ ਪ੍ਰੋਗਰਾਮ ਹੋਵੇ ਤਾਂ ਮੈਨੂੰ ਮਹੀਨਾ ਡੇਢ ਮਹੀਨਾ ਪਹਿਲਾਂ ਦੱਸਿਆ ਜਾਵੇ, ਮੈਂ ਇਹੀ ਬੇਨਤੀ ਕਰਦਾ, ਕਿਉਂਕਿ ਮੈਂ ਥੋੜ੍ਹਾ ਜਿਹਾ ਸ਼ਡਿਊਲ 'ਚੋਂ ਟਾਈਮ ਕੱਢਣਾ ਹੁੰਦਾ ਵਾ, ਅਤੇ ਜਿਹੜੀ ਵੀ ਮੇਰੀ ਸੇਵਾ ਲਾਈ ਜਾਊਗੀ ਬ੍ਰਦਰ ਉਹ ਮੈਂ ਦੇਖੋ ਤੁਹਾਡੇ ਮੀਡੀਆ ਰਾਹੀਂ ਕਹਿ ਰਿਹਾ ਮੈਂ ਨਾਲ ਖੜੂੰਗਾ, ਕੋਈ ਗੱਲ ਨਹੀਂ ਆਊਂਗਾ ਪੱਕਾ। ਸੋ ਦੋਸਤੋ, ਇਹ ਸਨ ਬਾਬਾ ਹੈਪੀ ਜੀ, ਮੁੱਖ ਸੰਚਾਲਕ, ਮੁੱਖ ਸੇਵਾਦਾਰ ਛਪਾਰ। ਇਹ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਰਗ ਵਿਖੇ ਪਹੁੰਚੇ ਨੇ, ਇਹ ਨਾਲ ਆਪਣੇ ਹੋਰ ਵੀ ਇਹਨਾਂ ਦੇ ਸਾਥੀ ਪਹੁੰਚੇ ਨੇ, ਬਹੁਤ ਵਧੀਆ ਲੱਗਿਆ ਸਾਨੂੰ, ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਅਸੀਂ ਦਿਲੋਂ ਆਸ ਕਰਦੇ ਹਾਂ ਕਿ ਕੋਈ ਪ੍ਰੋਗਰਾਮ ਇੱਥੇ ਬਣਾਇਆ ਜਾਵੇ, ਕੋਈ ਪ੍ਰੋਗਰਾਮ ਇੱਥੇ ਕਿਸੇ ਵੀ ਟਾਈਮ ਜੇ ਉਲੀਕਿਆ ਜਾਵੇਗਾ ਤਾਂ ਬਾਬਾ ਜੀ ਇੱਥੇ, ਇਹਨਾਂ ਨੇ ਵਾਅਦਾ ਵੀ ਕੀਤਾ ਅੱਜ ਇੱਥੇ ਪਹੁੰਚੇ ਨੇ।
काफ़ी ज़्यादा इन्होंने कहा कि मैं इतने वधिया लग्या कि वो प्रोग्राम दे विच जरूर शिरकत करनगे। सो पिंड जरग तो तुसीं इह विशेष रिपोर्ट वेख रहे हो जी, धन्यवाद, शुक्रिया।